ਆਪੇ ਹੀ ਕਾਜ ਸਵਾਰੀਏ, ਆਪਣੇ ਹੱਥੀ ਆਪਣਾ ਕਾਜ ਆਪ ਹੀ ਸਵਾਰਨਾ ਪਵੇਗਾ। ਇਸ ਕਰਕੇ ਦੂਜਿਆਂ ਦੇ ਮਗਰ ਲੱਗ ਕੇ ਆਪਣੇ ਜੀਵਨ ਦੇ ਸਵਾਸਾਂ ਦੀ ਜਿਹੜੀ ਬਰਬਾਦੀ ਆ ਉਹ ਕਰਨੀ ਇਹ ਸਿਆਣਪ ਨਹੀਂ। ਚੱਲਣ ਸਾਰ ਨਾ ਜਾਣਨੀ, ਪਰ ਜਿਨ੍ਹਾਂ ਨੇ ਇਸ ਗੱਲ ਨੂੰ ਜਾਣਿਆ ਨਹੀਂ ਵੀ ਅਸੀਂ ਇੱਕ ਦਿਨ ਜਾਣਾ ਹੈ, ਕਾਜ ਸਵਾਰਨ ਹਾਰ, ਉਹ ਤਾਂ ਕਾਜ ਸਵਾਰਨ ਦੇ ਵਿੱਚ ਹੀ ਲੱਗੇ ਹੋਏ ਆ। ਉਹਨਾਂ ਦੇ ਮਨ ਅੰਦਰ ਕਦੇ ਭਜਨ ਬਾਣੀ ਦੀ ਜਿਹੜੀ ਇੱਛਾ, ਨਾਮ ਰਸ ਦੀ ਇੱਛਾ, ਉਹ ਜਾਗਰਤ ਨਹੀਂ ਹੋਇਆ ਕਰਦੀ ਹੈ। ਮੁਕਤੀ ਚਾਹੁੰਦਾ ਹੀ ਨਹੀਂ ਸੰਸਾਰ, ਜਿੰਨਾ ਚਿਰ ਉਹਨਾਂ ਚਿਰ ਮੁਕਤ ਹੋ ਨਹੀਂ ਸਕਦਾ। ਸੋ ਪਹਿਲਾ ਜਿਹੜਾ ਕਦਮ ਹੈ ਉਹ ਤਾਂ ਪਟਣਾ, ਇਹਨੂੰ ਕਹਿੰਦੇ ਆ ਪਿਆਸ ਜਾਗਰਤ ਹੋ ਜਾਣੀ। ਜਿਹਦੇ ਅੰਦਰ ਪਿਆਸ ਜਾਗ ਗਈ ਹੈ ਉਹਨੂੰ ਪ੍ਰਾਪਤੀ ਵੀ ਜ਼ਰੂਰ ਨਿਸ਼ਚਿਤ ਹੋ ਜਾਂਦੀ। ਮਹਾਤਮਾ ਬੁੱਧ ਦੇ ਕੋਲ ਕੋਈ ਨਾਸਤਿਕ ਜਿਹਾ ਬੰਦਾ ਆ ਗਿਆ ਤੇ ਮਹਾਂਪੁਰਖਾਂ ਨੂੰ ਆ ਕੇ ਕਹਿਣ ਲੱਗਾ ਜੀ ਕਿੰਨੇ ਕੁ ਬ੍ਰਹਮ ਗਿਆਨੀ ਬਣਾਤੇ ਹੁਣ ਤੱਕ, ਕਿੰਨੇ ਕੁ ਮੁਕਤ ਕਰ ਦਿੱਤੇ ਆ। ਆ 2-2.5 ਹਜ਼ਾਰ ਜਿਹੜਾ ਚੇਲਾ ਤੁਹਾਡੇ ਨਾਲ ਹਰ ਵਕਤ ਤੁਰਿਆ ਰਹਿੰਦਾ। ਮਹਾਤਮਾ ਬੁੱਧ ਜਿੱਧਰ ਜਾਂਦੇ ਇੰਨੇ ਜਿਹੜੇ ਉਹਨਾਂ ਦੇ ਭਿਕਸ਼ੂ ਸੀ, ਚੇਲੇ, ਸੰਗੀ ਸੀ ਜਿਹੜੇ, ਉਹ ਨਾਲ ਜਾਇਆ ਕਰਦੇ। ਤੇ 2-2.5 ਹਜ਼ਾਰ ਜਿਹੜਾ ਬੰਦਾ ਆਪਣੇ ਨਾਲ ਤੁਰਿਆ ਹੋਇਆ, ਕਿੰਨੇ ਕੁ ਬ੍ਰਹਮ ਗਿਆਨੀ ਬਣਾਤੇ ਇਹਨਾਂ ਦੇ ਵਿੱਚੋਂ ਤੁਸੀਂ? ਮਹਾਤਮਾ ਬੁੱਧ ਨੇ ਉਹਦਾ ਸਵਾਲ ਸੁਣਿਆ ਤੇ ਗੰਭੀਰਤਾ ਦੇ ਨਾਲ ਮੁਸਕਰਾ ਕੇ ਉਹਨੂੰ ਆਖਣ ਲੱਗੇ, ਕਹਿਣ ਲੱਗੇ ਤੇਰੀ ਸਵਾਲ ਦਾ ਜਵਾਬ ਅਸੀਂ ਤੈਨੂੰ ਬਾਅਦ ਵਿੱਚ ਦਿਆਂਗੇ, ਇੱਕ ਕਾਗਜ਼ ਕਲਮ ਦਵਾ ਤੇ ਲੈ ਜਾ, ਆਹ ਤੇਰਾ ਜਿਹੜਾ ਨਗਰ ਹੈ ਇਹਦੇ ਵਿੱਚ ਹਰੇਕ ਘਰ ਦੇ ਵਿੱਚ ਜਾ ਤੇ ਹਰੇਕ ਘਰ ਵਿੱਚ ਜਾ ਕੇ ਹਰੇਕ ਬੰਦੇ ਨੂੰ ਇਹ ਗੱਲ ਪੁੱਛ, ਜੇ ਰੱਬ ਤੇਰੀ ਇੱਛਾ ਪੂਰੀ ਕਰੇ ਤਾਂ ਤੇਰੀ ਇੱਛਾ ਕੀ ਹੈ? ਉਹਨਾਂ ਦੇ ਮਨ ਦੀ ਇੱਛਾ, ਉਹਨਾਂ ਦੇ ਮਨ ਦੀ ਭਾਵਨਾ ਜਿਹੜੀ ਉਹ ਪੁੱਛ ਕੇ ਆ, ਤੇ ਸ਼ਾਮ ਨੂੰ ਜਦੋਂ ਸਾਡੇ ਕੋਲ ਆਏਗਾ ਫਿਰ ਤੇਰੇ ਸਵਾਲ ਦਾ ਤੈਨੂੰ ਜਵਾਬ ਦਿਆਂਗੇ। ਉਹ ਬੰਦਾ ਕਾਗਜ਼ ਕਲਮ ਦਵਾਤ ਲੈ ਕੇ ਚਲਿਆ ਗਿਆ। ਜਦੋਂ ਗਿਆ ਹਰੇਕ ਘਰ ਦੇ ਵਿੱਚ ਜਾ ਕੇ ਪੁੱਛਦਾ, ਕਹਿੰਦਾ ਤੁਹਾਡੀ ਇੱਛਾ ਕੀ ਹੈ? ਕੋਈ ਕਹਿਣ ਲੱਗਾ ਮੈਂ ਗਰੀਬ ਬਹੁਤ ਹਾਂ, ਮੇਰੀ ਗਰੀਬੀ ਕੱਟੀ ਜਾਏ, ਜੇ ਰੱਬ ਮੇਰੇ ਤੇ ਕਿਰਪਾ ਕਰੇ ਮੇਰੀ ਗਰੀਬੀ ਦੂਰ ਹੋ ਜਾਏ, ਮੈਨੂੰ ਮਾਇਆ ਮਿਲ ਜਾਏ। ਦੂਜੇ ਘਰੇ ਜਾਂਦਾ, ਉਹ ਕਹਿੰਦਾ ਬਿਮਾਰੀਆਂ ਬਹੁਤ ਹੈ, ਸਰੀਰ ਰੋਗੀ ਹੈ, ਇਹ ਰੋਗ ਖਤਮ ਹੋ ਜਾਣ, ਰੱਬ ਅੱਗੇ ਮੇਰੀ ਇਹੀ ਅਰਦਾਸ ਹੈ ਸਰੀਰ ਦਾ ਰੋਗ ਨਾ ਰਹੇ, ਤੰਦਰੁਸਤੀ ਹੋ ਜਾਏ, ਸਰੀਰ ਠੀਕ ਹੋ ਜਾਏ, ਇਹ ਮੇਰੀ ਇੱਛਾ, ਜੇ ਰੱਬ ਮੇਰੀ ਇੱਕ ਇੱਛਾ ਪੂਰੀ ਕਰੇ ਤਾਂ ਮੈਨੂੰ ਤੰਦਰੁਸਤ ਕਰ ਦੇਵੇ। ਫਿਰ ਅੱਗੇ ਜਾਂਦਾ, ਅਗਲੇ ਘਰੇ ਪੁੱਛਦਾ ਤੇਰੀ ਇੱਛਾ ਕੀ ਹੈ? ਜੇ ਭਗਵਾਨ ਉਹ ਰੱਬ ਤੇਰੀ ਇੱਛਾ ਪੂਰੀ ਕਰੇ, ਤੇਰੇ ਮਨ ਦੀ ਇੱਛਾ ਕੀ ਹੈ? ਉਹ ਆਖਣ ਲੱਗੇ ਕੰਮਾਂ 'ਚ ਵਿਘਨ ਬਹੁਤ ਪੈਂਦੇ ਆ, ਕੰਮ ਸਿਰੇ ਨਹੀਂ ਚੜ੍ਹਦੇ ਹੈ, ਮੇਰੇ ਜਿਹੜੇ ਕੰਮ ਹੈ ਉਹ ਸਿਰੇ ਚੜ੍ਹ ਜਾਣ, ਵਿਘਨ ਕੋਈ ਨਾ ਪਵੇ, ਹਰ ਪਾਸੇ ਫਤਿਹ ਹੀ ਫਤਿਹ ਹੋਵੇ, ਤੇ ਇਸ ਕਰਕੇ ਇਹ ਜਿਹੜੀ ਮੇਰੇ ਮਨ ਦੀ ਇੱਛਾ। ਫਿਰ ਅੱਗੇ ਜਾਂਦਾ, ਅਗਲੇ ਘਰ ਪੁੱਛਦਾ ਕਹਿੰਦਾ ਤੁਹਾਡੀ ਇੱਛਾ ਕੀ ਹੈ? ਕਹਿੰਦੇ ਸਾਡੇ ਨਾਲ ਵੈਰ ਬਹੁਤ ਕਰਦੇ ਆ ਲੋਕ, ਈਰਖਾ ਬਹੁਤ ਕਰਦੇ, ਇਹਨਾਂ ਦਾ ਕੱਖ ਨਾ ਰਹੇ, ਜਿਹੜੇ ਨਿੰਦਕ ਹੈ ਇਹਨਾਂ ਦੇ ਸਿਰ 'ਚ ਸਵਾਹ ਪਵੇ, ਭਾਵ ਇਹਨਾਂ ਨੂੰ ਇਹਨਾਂ ਦੀ ਕੀਤੀ ਦਾ ਫਲ ਮਿਲੇ, ਫਿਰ ਸਾਡੇ ਮਨ ਨੂੰ ਸ਼ਾਂਤੀ ਆ ਜਾਏਗੀ, ਸਕੂਨ ਮਿਲ ਜਾਏਗਾ, ਰੱਬ ਸਾਡੀ ਇੱਛਾ ਪੂਰੀ ਕਰਦੇ ਆ, ਗੁਆਂਢੀਆਂ ਦਾ ਆ ਸ਼ਰੀਕਾਂ ਦਾ ਕੁੱਝ ਨਾ ਰਹੇ, ਇਹਨਾਂ ਨੂੰ ਇਹਨਾਂ ਦੀ ਕੀਤੀ ਦਾ ਮਿਲ ਜਾਏ। ਸੋ ਇਸ ਪ੍ਰਕਾਰ ਕਈਆਂ ਦੇ ਮਨ ਨੂੰ ਸੁੱਖ ਉਦੋਂ ਮਿਲਦਾ ਜਦੋਂ ਦੂਜਾ ਬੇਗਾਨਾ ਦੁਖੀ ਹੋਵੇ, ਇਹ ਸੁਭਾਅ ਹੁੰਦਾ। ਕਈ ਵਾਰ ਆਪਣੇ ਦੁੱਖਾਂ ਦੇ ਕਰਕੇ ਸੰਸਾਰ ਘੱਟ ਦੁਖੀ ਹੈ, ਪਰ ਗੁਆਂਢੀ ਦੇ ਸੁੱਖਾਂ ਕਰਕੇ ਜਾਂ ਸ਼ਰੀਕਾਂ ਦੇ ਸੁੱਖਾਂ ਕਰਕੇ ਬਹੁਤਾ ਦੁਖੀ ਹੁੰਦਾ, ਵੀ ਫਲਾਣਾ ਸੁਖੀ ਕਿਉਂ ਹੈ, ਇਹਦੇ ਕਰਕੇ ਹਰ ਵਕਤ ਸੜਦਾ ਰਹਿੰਦਾ, ਮਨ ਦੁਖੀ ਹੁੰਦਾ, ਐਸਾ ਵੀ ਸੁਭਾਅ ਹੋਇਆ ਕਰਦਾ। ਆਪਣਿਆਂ ਦੁੱਖਾਂ ਕਰਕੇ ਅਜੇ ਘੱਟ ਦੁਖੀ ਹੈ, ਪਰ ਦੂਜੇ ਦੇ ਸੁੱਖਾਂ ਦੇ ਕਰਕੇ ਮਨ ਜਿਹੜਾ ਉਹ ਬਹੁਤਾ ਦੁਖੀ ਹੈ। ਸੋ ਇਸ ਕਰਕੇ ਉਹ ਕਹਿਣ ਲੱਗਾ ਵੀ ਮੇਰੀ ਇੱਛਾ ਇਹੀ ਆ ਵੀ ਜਿਹੜੇ ਮੇਰੇ ਵੈਰੀ ਆ ਇਹਨਾਂ ਦਾ ਕੁਛ ਨਾ ਰਹੇ, ਇਹਨਾਂ ਦਾ ਸੰਘਾਰ ਹੋ ਜਾਏ। ਫਿਰ ਅਗਲੇ ਕੋਲ ਜਾਂਦਾ, ਉਹਨੂੰ ਪੁੱਛਦਾ ਤੇਰੀ ਇੱਛਾ ਕੀ ਹੈ? ਉਹਨੇ ਵੀ ਆਪਣੀ ਇੱਛਾ
ਮੇਰੀ ਲੜਕੀ ਵਿਆਹੁਣ ਵਾਲੀ ਪਈ ਆ, ਉਹਦੀ ਸ਼ਾਦੀ ਹੋ ਜਾਏ, ਇਹੀ ਮੇਰੇ ਮਨ ਦਾ ਫਿਕਰ ਹੈ। ਵਿਆਹ ਹੀ ਜਾਏ ਮੈਂ ਨਿਸ਼ਚਿੰਤ ਹੋ ਜਾਵਾਂਗਾ, ਫਿਰ ਬੇਫਿਕਰ ਹੋ ਜਾਵਾਂਗਾ। ਇਸ ਕਰਕੇ ਮੇਰੀ ਇੱਛਾ ਇਹ ਆ, ਸਾਰਿਆਂ ਦੀ ਇੱਛਾ ਲਿਖਦਾ ਰਿਹਾ, ਭਰਦਾ ਰਿਹਾ ਡਾਇਰੀ ਦੇ ਵਿੱਚ। ਸ਼ਾਮ ਨੂੰ ਗੇੜਾ ਦੇ ਕੇ ਮਹਾਤਮਾ ਬੁੱਧ ਦੇ ਕੋਲ ਆ ਜਾਂਦਾ। ਮਹਾਤਮਾ ਬੁੱਧ ਕਹਿਣ ਲੱਗੇ, ਭਾਈ ਸਾਰਿਆਂ ਦੀ ਇੱਛਾ ਪੁੱਛਾਂ ਆ? ਕਹਿੰਦੇ ਹਾਂਜੀ ਪੁੱਛਾਂ ਆ। ਕਹਿੰਦੇ ਹੁਣ ਇਹਦੇ ਵਿੱਚ ਤੂੰ ਇਹ ਦੱਸ ਵੀ ਕਿੰਨੇ ਕੁ ਬੰਦਿਆਂ ਨੇ ਲਿਖਿਆ ਵੀ ਸਾਨੂੰ ਬ੍ਰਹਮ ਗਿਆਨ ਚਾਹੀਦਾ, ਸਾਨੂੰ ਮੁਕਤੀ ਚਾਹੀਦੀ ਆ। ਤੇ ਜਦ ਸਾਰਿਆਂ ਦੀ ਇੱਛਾ ਦੇਖਦਾ ਤੇ ਕਿਸੇ ਇੱਕ ਨੇ ਵੀ ਨਹੀਂ ਆਖਿਆ ਹੈ ਵੀ ਮੈਨੂੰ ਰੱਬ ਚਾਹੀਦਾ, ਮੈਨੂੰ ਬ੍ਰਹਮ ਗਿਆਨ ਚਾਹੀਦਾ, ਮੈਨੂੰ ਨਾਮ ਰਸ ਚਾਹੀਦਾ, ਮੈਨੂੰ ਮੁਕਤੀ ਚਾਹੀਦੀ, ਕਿਸੇ ਇੱਕ ਨੇ ਵੀ ਨਹੀਂ ਆਖਿਆ। ਦੁਨਿਆਵੀ ਇੱਛਾਵਾਂ ਦੇ ਨਾਲ ਸਾਰੀ ਡਾਇਰੀ ਭਰ ਕੇ, ਸਾਰਿਆਂ ਦੀਆਂ ਮਨ ਦੀਆਂ ਇੱਛਾਵਾਂ ਜਿਹੜੀਆਂ ਉਹ ਭਰ ਕੇ ਵਾਪਸ ਆ ਗਿਆ। ਕਹਿਣ ਲੱਗੇ, ਤੂੰ ਸਵੇਰੇ ਜਿਹੜਾ ਸਵਾਲ ਪੁੱਛਦਾ ਸੀ ਵੀ ਕਿੰਨੇ ਕੁ ਬ੍ਰਹਮ ਗਿਆਨੀ ਬਣਾ ਦਿੱਤੇ ਆ, ਇਹੀ ਤੇਰੇ ਸਵਾਲ ਦਾ ਜਵਾਬ ਹੈ। ਬ੍ਰਹਮ ਗਿਆਨੀ ਹੋਣਾ ਇਹ ਦੂਜੀ ਗੱਲ ਹੈ, ਪਰ ਹੋਣਾ ਕੌਣ ਚਾਹੁੰਦਾ, ਮੁਕਤ ਹੋਣਾ ਕੌਣ ਚਾਹੁੰਦਾ, ਇਹ ਪਹਿਲੀ ਗੱਲ ਹੈ। ਪਹਿਲੋਂ ਤਾਂ ਇੱਛਾ ਆਪਣੀ ਕੰਮ ਕਰੇਗੀ ਵੀ ਅਸੀਂ ਚਾਹੁੰਦੇ ਕੀ ਹਾਂ। ਜੇ ਸੰਸਾਰ ਦੇ ਵਿੱਚ ਹੀ ਵਿਰਤੀ ਹੈ, ਸੰਸਾਰ ਦੇ ਰਸਾਂ ਤੋਂ ਮਨ ਅਜੇ ਉਦਾਸ ਨਹੀਂ ਹੋਇਆ ਤੇ ਆਖੀਏ ਵੀ ਨਾਮ ਦਾ ਰਸ ਵੀ ਮਿਲ ਜਾਏ, ਹੋ ਨਹੀਂ ਸਕਦਾ। ਪਹਿਲੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਔਰ ਵਿਸ਼ੇ ਵਿਕਾਰਾਂ ਦੇ ਜਿੰਨੇ ਰਸ ਹੈ ਇਹਨਾਂ ਵੱਲੋਂ ਮਨ ਉਦਾਸੀ ਧਾਰਨ ਕਰੇ, ਤੇ ਜਿਹੜਾ ਮਨ ਇਹਨਾਂ ਵੱਲੋਂ ਨਿਰਾਸ਼ ਹੋ ਜਾਂਦਾ, ਉਦਾਸ